ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਆਈਡੀਆ ਕਿਹਦਾ ਸੀਗਾ ਤੁਹਾਡੇ ਮਾਤਾ ਸਰਪੰਚੀ ਦੀ ਚੋਣ ਲੜਨ, ਇਹ ਆਈਡੀਆ ਤੁਹਾਡਾ ਸੀ, ਤੁਹਾਡੇ ਫਾਦਰ ਦਾ ਸੀ ਜਾਂ ਤੁਹਾਡੇ ਪਰਿਵਾਰ ਦੀ ਕੋਈ ਸਿਆਸੀ ਹਿਸਟਰੀ ਆ? ਆ ਖੜੇ ਆਈਡੀਆ ਇਹਨਾਂ ਦੀ ਸੀਗਾ ਜਿਹੜੇ ਨਾਲ ਤੁਰੇ ਫਿਰਦੇ ਆ ਜੀ, ਤੇ ਪਿੰਡ ਦਾ ਆਈਡੀਆ ਜੀ, ਪਿੰਡ ਦਾ ਜੀ, ਨਗਰ ਦਾ ਆਈਡੀਆ, ਸਾਰੇ ਨਗਰ ਦਾ, ਸਾਡਾ ਪਿੰਡ ਦਾ ਆਈਡੀਆ। ਹਾਂ ਜੀ, ਤੇ ਫਿਰ ਵੀ ਕੱਲ ਪਰਿਵਾਰ 'ਚ ਗਲਤ ਚੱਲੀ ਹੋਊਗੀ? ਪਰਿਵਾਰ 'ਚ ਹੀ ਦੇਖੋ, ਪਰਿਵਾਰ 'ਚ ਜੋ ਹੁਣ ਸਾਡਾ ਪਰਿਵਾਰ ਹੀ ਹੈ ਜੀ, ਪਿੰਡ ਸਾਡੇ ਕਿਹੜਾ ਕੋਈ ਬੜਾ ਵੱਡਾ ਪਿੰਡ ਹੈ ਜਾਂ ਕੋਈ ਸ਼ਰੀਕੇ ਬਾਈ ਜਾਂ ਕੁਛ ਹੋਰ ਹੈ, ਤਾਂ ਸਾਡਾ ਇੱਕ ਮੁੱਠੀ ਹੈ ਪਿੰਡ ਜੀ ਸਾਡਾ, ਤੇ ਬਸ ਜੋ ਕਹਿਤਾ ਜੀ ਪਿੰਡ ਦੇ ਨੂੰ ਓਕੇ ਸਾਰਾ। ਤੁਹਾਡੇ ਫਾਦਰ ਸਾਹਿਬ ਵੀ ਪੰਚ ਰਹੇ ਨੇ ਇਸ ਪਿੰਡ ਦੇ? ਪੰਚ ਰਹੇ ਨੇ ਤੁਹਾਡੇ ਫਾਦਰ ਸਾਹਿਬ? ਮਾਤਾ ਰਹੇ ਨੇ ਜੀ ਪੰਚ, ਮਾਤਾ ਜੀ ਸਰਪੰਚ ਜੀ ਨੇ। ਅੱਛਾ, ਮਾਤਾ ਤੁਹਾਡੇ ਪੰਚ ਰਹੇ ਨੇ? ਹਾਂਜੀ 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 ਹਾਂਜੀ। ਪਾਰਟੀ ਤੁਹਾਡੀ ਕਿਹੜੀ ਹੈਗੀ? ਮੈਨੂੰ ਪਤਾ ਲੱਗਿਆ ਕਿ ਤੁਹਾਡੇ ਪਰਿਵਾਰ ਦੀ ਹਿਸਟਰੀ ਕਾਂਗਰਸ ਨਾਲ ਜੁੜੀ ਹੋਈ ਹੈ। ਸਿੱਧੂ ਮੂਸੇਵਾਲੇ ਦੀ ਪਾਰਟੀ ਕਿਹੜੀ ਹੈ? ਸਿੱਧੂ ਮੂਸੇਵਾਲੇ ਨੂੰ ਕਿਹੜੀ ਪਾਰਟੀ ਵਧੀਆ ਲੱਗਦੀ ਹੈ? ਸਿੱਧੂ ਮੂਸੇਵਾਲੇ ਦੀ ਪਾਰਟੀ ਪਿੰਡ ਮੂਸਾ ਜੀ, ਮੂਸੇਵਾਲਾ ਮੂਸੇਵਾਲਾ, ਸਾਡਾ ਆਹੀ ਪਾਰਟੀ ਹੈ ਜੀ ਸਾਡੀ। ਆਪਾਂ ਕੋਈ ਆਪਣੀ ਕੋਈ ਪਾਰਟੀ ਨਹੀਂ, ਆਪਣਾ ਮੂਸਾ ਹੀ ਹੈ ਜੀ, ਪਿੰਡ ਹੀ ਹੈ, ਪਿੰਡ ਵਾਸਤੇ ਹੀ ਕਰ ਰਹੇ ਹਾਂ, ਪਾਰਟੀ ਲੈਵਲ ਵਾਲਾ ਕੰਮ ਨਹੀਂ ਹੈਗਾ ਜੀ। ਅੱਛਾ, ਪਿਛਲੇ ਦਿਨਾਂ 'ਚ ਹੁਣ ਤੁਹਾਡਾ ਤਜਰਬਾ ਕਿਵੇਂ ਰਿਹਾ? ਇੱਕ ਪਾਸੇ ਤੁਸੀਂ ਸੈਲੀਬ੍ਰਿਟੀ ਹੋ, ਇੱਕ ਸੈਲੀਬ੍ਰਿਟੀ ਜਿਹੜਾ ਹੁੰਦਾ ਉਹਨੂੰ ਕਹਿੰਦਾ ਲੋਕ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ, ਤੁਹਾਡਾ ਇੱਕ ਆਪਣਾ ਜਲਵਾ ਹੁੰਦਾ, ਸ਼ਾਇਦ ਤੁਸੀਂ ਆਮ ਬੰਦੇ ਨੂੰ ਜਾ ਕੇ ਨਹੀਂ ਬੁਲਾਉਂਦੇ ਹੋਵੋਗੇ, ਤੁਹਾਨੂੰ ਹੀ ਲੋਕ ਬੁਲਾਉਂਦੇ ਨੇ, ਹੁਣ ਤੁਹਾਨੂੰ ਘਰ ਘਰ ਜਾਣਾ ਪੈ ਰਿਹਾ, ਆਪਾਂ ਗਲੀਆਂ 'ਚ ਫਿਰ ਰਹੇ ਹਾਂ ਮੂਸੇ, ਤੁਸੀਂ ਘਰ ਘਰ ਜਾ ਰਹੇ ਹੋ, ਇਹ ਕਿਸ ਤਰ੍ਹਾਂ ਦਾ ਤਜਰਬਾ ਹੈ, ਇਹ ਤਜਰਬਾ ਕਿਸ ਤਰ੍ਹਾਂ ਦਾ? ਪਹਿਲੀ ਗੱਲ ਤਾਂ ਜੀ ਮੇਰੇ ਪਿੰਡ ਵਾਲੇ ਨੂੰ ਪਤਾ ਵੀ ਮੈਂ ਕਿੰਨਾ ਕੁ ਸੈਲੀਬ੍ਰਿਟੀ ਜਾਂ ਆਮ ਬੰਦੇ ਨੂੰ ਮੈਂ ਬੁਲਾਉਂਦਾ ਜਾਂ ਨਹੀਂ, ਪਹਿਲੀ ਗੱਲ ਤਾਂ ਮੈਂ ਆਪ ਆਮ ਹਾਂ ਜੀ, ਬਾਕੀ ਇਹਨਾਂ ਨੂੰ ਪਤਾ ਹੀ ਹੈ ਵੀ ਸਾਡਾ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ, ਜਿਹੜਾ ਆਉਂਦਾ ਮਿਲ ਕੇ ਜਾਂਦਾ, ਅਤੇ ਅਸੀਂ ਤਾਂ ਇੱਥੇ ਪਿੰਡ ਸੈਲੀਬ੍ਰਿਟੀ ਹੈਗਾ ਜੀ, ਪਿੰਡ ਦੀ ਚਾਰ ਦੀਵਾਰੀ ਤੋਂ ਬਾਹਰ, ਪਿੰਡ 'ਚ ਤਾਂ ਜੀ ਅਸੀਂ ਆਪ, ਅਸੀਂ ਆਮ ਹੀ ਹਾਂ ਜੀ, ਬਾਹਰ ਵੀ ਉਵੇਂ ਹੀ ਹੈ, ਇੱਥੇ ਵੀ ਉਵੇਂ, ਬਾਕੀ ਸਾਰਿਆਂ ਨੂੰ ਪਤਾ ਹੀ ਸਰਕਲ 'ਚ ਮੈਂ ਕਿੱਦਾਂ ਦਾ ਜੀ, ਹੈ ਨਾ, ਬਸ ਇਹ ਤਾਂ ਇੱਕ ਤਰ੍ਹਾਂ ਦਾ ਫਰਜ਼ੀ ਹੈ ਸਾਰਿਆਂ ਦਾ ਜੀ, ਜੇ ਕੋਈ ਸ਼ਾਇਦ ਬਥੇਰੇ ਬੰਦੇ ਹੁੰਦੇ ਉਹ ਤਰੱਕੀ ਕਰ ਜਾਂਦੇ ਨੇ, ਅਗਲਾ ਕਹਿੰਦਾ ਵੀ ਚਲੋ ਮਾਂ ਪਾਈਏ ਸ਼ਹਿਰ ਕੋਠੀ ਨਾ ਛੱਡ ਦਈਏ ਪਿੰਡ, ਪਰ ਸਾਡਾ ਥੋੜ੍ਹਾ ਹਿਸਾਬ ਕਿਤਾਬ ਹੋਰ ਹਿਸਾਬ ਦਾ, ਸਾਨੂੰ ਇਹ ਵੀ ਮਾੜਾ ਮੋਟਾ ਇੱਥੋਂ ਰੋਟੀ ਪਾਣੀ ਖਾਧਾ, ਇੱਥੋਂ ਪਲੇ ਪੋਸਿਆਂ ਦੇ ਮਾੜਾ ਮੋਟਾ, ਜੇ ਇਹਦਾ ਨਹੀਂ ਹਿਸਾਬ 'ਚ ਕਰਾਂਗੇ ਫਿਰ ਆਪਣੇ ਹੁਣ ਜਾਂ ਨਾ ਹੁਣ ਦਾ ਫਾਇਦਾ ਕੋਈ ਨਹੀਂ ਹੈਗਾ, ਬਸ ਆਹ ਆਪਣਾ ਉਹ ਹੈ ਜੀ ਦੇਸ਼, ਹੋਰ ਕੋਈ ਏਜੰਡਾ ਨਹੀਂ ਹੈਗਾ ਜੀ, ਅਸੀਂ ਨਹੀਂ। ਪੰਜਾਬ ਦੀ ਰਾਜਨੀਤੀ ਬਾਰੇ ਵੈਸੇ ਇੱਕ ਤੁਸੀਂ ਜਾਗਰੂਕ ਹੋ, ਬੜੇ ਗਾਣੇ ਲਿਖਦੇ ਹੋ, ਬੋਲਦੇ ਹੋ ਚੀਜ਼ਾਂ ਦੇ ਬਾਰੇ, ਤੁਹਾਡਾ ਵਿਚਾਰ ਕੀ ਹੈ ਪੰਜਾਬ ਦੇ ਅੰਦਰ? ਇਸ ਪੰਜਾਬ ਦੇ ਅੰਦਰ ਲੰਮਾ ਸਮਾਂ ਸਿਆਸਤ ਹੋਈ ਆ, 1947 ਤੋਂ 66 ਤੱਕ ਦਾ ਪੰਜਾਬ, 66 ਤੋਂ ਲੈ ਕੇ ਹੁਣ ਤੱਕ ਦਾ ਪੰਜਾਬ ਆ ਜਿਹੜਾ, ਉਹ 'ਚ ਵੱਖ ਵੱਖ ਸਿਆਸੀ ਪਾਰਟੀਆਂ ਆਈਆਂ ਨੇ, ਤੁਹਾਡਾ ਕੀ ਵਿਚਾਰ ਆ ਪੰਜਾਬ ਦੀ ਸਿਆਸਤ ਬਾਰੇ, ਜਨਰਲ ਵਿਚਾਰ? ਮੈਂ ਕੋਈ ਪਰਸਨਲ ਨਹੀਂ ਪੁੱਛ ਰਿਹਾ ਤੁਹਾਨੂੰ, ਐਂ ਲੱਗੇ ਕਿਸੇ, ਮੈਂ ਤੁਹਾਨੂੰ ਦੱਸਦਾ ਜੀ ਮੇਰਾ ਸੁਭਾਅ ਨਹੀਂ ਹੈਗਾ, ਮੈਂ ਸਿਆਸਤ 'ਚ ਵੀ ਚਿੱਟੇ ਕੁੜਤੇ ਪਏ, ਮੈਂ ਜੈਕਟਾਂ 'ਚ ਮੇਰਾ ਬਿਲਕੁਲ ਇੰਟਰਸਟ ਨਹੀਂ ਹੈਗਾ, ਅਸੀਂ ਜਮੀ ਸਿੱਧੇ ਸਾਧੇ ਲੋਕ ਹਾਂ ਜੀ, ਸਾਨੂੰ ਇਹ ਆ ਵੀ ਸਾਡੇ ਚੱਲ ਜੇ ਮੇਰੇ ਵਰ, ਮੈਂ ਹੁਣ ਮਾੜਾ ਜਿਹਾ ਪਿੰਡ 'ਚ ਉੱਠਿਆ ਜੀ, ਮੈਂ ਮਾੜਾ ਮੋਟਾ ਬਾਹਰ ਘੁੰਮਿਆ ਜੀ, ਇਹ ਨਹੀਂ ਗੇ, ਮੈਨੂੰ ਇਹ ਆ ਵੀ ਇਹਨਾਂ ਦਾ ਵੀ ਮੈਂਟਲ ਲੈਵਲ ਉਹਨਾਂ ਗਰੋ ਹੋਵੇ ਅਤੇ ਸਾਰਾ ਪਿੰਡ ਥੋੜ੍ਹਾ ਜਿਹਾ ਸੁਧਰੇ, ਥੋੜ੍ਹਾ ਲੈਵਲ 'ਤੇ ਜਾਵੇ ਜੀ, ਜਿਹੜੇ ਹਿਸਾਬ ਨਾਲ ਪਿੰਡ ਦਾ ਨਾਮ ਹੈ, ਨਗਰ ਦਾ ਨਾਮ ਹੈ, ਉਸ ਹਿਸਾਬ ਕਿਤਾਬ ਨਾਲ ਇੱਥੇ ਡਿਵੈਲਪਮੈਂਟ ਹੋ ਜਾਵੇ। ਸੋਚਿਆ ਕੀ ਹੈ ਤੁਹਾਡੇ ਦਿਮਾਗ 'ਚ ਕੁਛ ਹੈ, ਜੇ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ, ਡੈਮੋਕ੍ਰੇਸੀ ਦੇ ਅੰਦਰ 30 ਨੂੰ ਫੈਸਲਾ ਆਉਣਾ, ਲੋਕਤੰਤਰ ਚੋਣਾਂ ਹੋਣੀਆਂ ਨੇ, ਤੁਸੀਂ ਜਿੱਤ ਜਾਂਦੇ ਹੋ ਮੰਨ ਲਓ, ਦੇਖੋ ਜੀ ਤਾਂ ਕੀ ਤੁਸੀਂ ਮਨ 'ਚ ਕੁਛ ਸੋਚਿਆ ਵੀ ਪਿੰਡ ਦੇ ਲਈ ਆਹ ਚੀਜ਼ਾਂ 5-7 ਸੋਚੀਆਂ ਹੋਣ ਕੋਈ? ਮੈਂ ਦੇਖੋ ਜੀ, ਮੈਂ ਪਹਿਲਾਂ ਆਪਾਂ ਚੋਣਾਂ 'ਚ ਹੈਗੇ ਵੀ ਨਹੀਂ ਸੀਗੇ, ਚੋਣਾਂ 'ਚ ਆਪਾਂ ਪਹਿਲਾਂ ਹੈਗੇ ਵੀ ਨਹੀਂ ਸੀ, ਉਦੋਂ ਵੀ ਇਸ ਤਰ੍ਹਾਂ ਜਿੰਨੇ ਕੁ ਯੋਗੀ ਅਸੀਂ ਹੈਗੇ, ਹੈਲਪ ਕਰੀ ਜਾਂਦੇ ਰਹਿੰਦੇ, ਪਹਿਲਾਂ ਵੀ ਇੱਕ ਇੰਟਰਵਿਊ ਹੋਈ ਸੀ, ਆਪਣਾ ਜੰਟਾ ਹੋ ਗਏ, ਜੋ ਵੀ 2-3 ਹੋਰ ਨੇ ਆਪਣੇ ਜਿਹੜੇ ਸਿਹਤਾਂ ਜਿੰਨਾ ਵੀ ਠੀਕ ਨਹੀਂ ਰਹਿੰਦੀ, ਜਿੰਨਾ ਦੀ ਪ੍ਰੋਬਲਮ ਹੈ ਜੀ, ਅਸੀਂ ਆਪਦੇ ਲੈਵਲ 'ਤੇ ਹੈਲਪ ਕਰੀ ਜਾਂਦੇ ਹਾਂ ਜੀ, ਹੈ ਨਾ। ਅਤੇ ਦੂਜੀ ਗੱਲ, ਸਾਡੇ ਪਿੰਡ ਦੇ ਵਿੱਚ ਜੀ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਯੂਰੇਨੀਅਮ ਆ, ਆਹ ਸਾਡੇ ਪਿਛਲੇ ਸਾਲ 6 ਮਾਲਵੇ 'ਚ ਪ੍ਰੋਬਲਮ ਆ, ਯੂਰੇਨੀਅਮ ਦੀ ਪ੍ਰੋਬਲਮ ਪੂਰੇ ਮਾਲਵੇ 'ਚ ਸਿਰ ਇਸੇ ਕਰਕੇ ਹੋ ਰਿਹਾ। ਹਾਂਜੀ ਹਾਂਜੀ, 6 ਮੌਤਾਂ ਕੈਂਸਰ ਨਾਲ ਹੋਈਆਂ ਜੀ, 3 ਪਰਸੂਇੰਗ ਨੇ ਜੀ, ਇੱਕ ਬੰਦੇ ਨੂੰ ਸਿਰਫ 3 ਮਹੀਨੇ ਦਾ ਟਾਈਮ ਹੈ ਜੀ, ਉਹਦੇ ਮੇਦੇ ਦੇ ਵਿੱਚ ਕੈਂਸਰ ਹੈ ਜੀ, ਯਾਨੀ ਕਿ ਇਹੋ ਜਿਹੇ ਟੋਪਿਕ ਨੇ ਸਾਡੇ ਪਿੰਡ ਜੀ। ਹੁਣ ਜਿਵੇਂ ਬਾਕੀ ਉਹ ਤਾਂ ਗਲੀਆਂ ਨਾਲੀਆਂ ਦਾ ਚਲੋ ਸਾਰੀ ਉਮਰ ਹੀ ਚੱਲਦੀਆਂ ਰਹਿੰਦੀਆਂ, ਹੈ ਨਾ ਜੀ, ਇੱਕ ਤਾਂ ਪਾਣੀ ਦਾ ਮੁੱਦਾ ਸਾਰਿਆਂ ਤੋਂ ਜ਼ਿਆਦਾ, ਬਾਕੀ ਥੋੜ੍ਹਾ ਬਹੁਤ ਸੀਵਰੇਜ ਦਾ ਹੈਗਾ ਜੀ ਸਿਸਟਮ, ਇਹ ਸਹੀ ਕਰਨਾ, ਬਾਕੀ ਸਾਫ਼ ਸਫਾਈ, ਡਿਵੈਲਪਮੈਂਟ, ਪਾਰਕ ਪੂਰਕ ਤਾਂ ਵਧੀਆ ਲੈਵਲ 'ਤੇ ਕਰਦੇ। ਪਰਸਨਲ ਲਿੰਕ ਬੜੇ ਨੇ, ਤੁਸੀਂ ਦੇਖੇ ਹੋਣਗੇ ਪੰਜਾਬ ਦਾ ਇੱਕ ਚੱਕਰ ਪਿੰਡ ਆ, ਪੰਜਾਬ 'ਚ ਬੜੇ ਵਧੀਆ ਪਿੰਡ ਨੇ, ਮਾਡਲ ਫੇਵਰੇਟ ਪਿੰਡ ਆ ਜੀ ਚੱਕਰ, ਮੈਂ ਤੈਨੂੰ ਕਿਹਾ ਸੀ, ਮੈਂ ਜੀ ਬਹੁਤ ਵਾਰੀ ਕਿਹਾ ਜੀ, ਮੈਂ ਚੱਕਰ ਬਣਾ ਦੂੰਗੇ ਇਹਨੂੰ, ਮੂਸੇ ਨੂੰ ਚੱਕਰ ਬਣਾ ਸਕਦੇ, ਅਸੀਂ ਮੂਸੇ ਨੂੰ ਮੂਸਾ ਬਣਾਵਾਂਗੇ ਜੀ, ਵਧੀਆ ਲੈਵਲ ਦਾ ਮੂਸਾ, ਜਿਵੇਂ ਮੂਸਾ ਮੈਂ ਕਹਿੰਦਾ ਮਾਡਲ ਦੇ ਤੌਰ 'ਤੇ, ਸੀਚੇਵਾਲ ਆ, ਚੱਕਰ ਆ, ਕਈ ਪਿੰਡ ਨੇ ਜਿੱਥੇ ਸੀਵਰੇਜ ਦੀ ਬੜੀ ਵਧੀਆ, ਉੱਥੋਂ ਦੇ ਲੋਕਾਂ ਦਾ ਯਾਨੀ ਕਿ ਸੋਚ ਹੈ, ਇੱਕ ਬਹੁਤ ਵਧੀਆ ਸਲਾਮ ਹੈ ਚੱਕਰ ਪਿੰਡ ਦਾ, ਸੀਚੇਵਾਲ ਪਿੰਡ ਦਾ, ਕੋਸ਼ਿਸ਼ ਇਹੀ ਹੈ ਜੀ, ਹੋਰ ਆਪਾਂ ਕੋਈ ਕਿਹੜਾ ਕੋਈ ਗਰਾਂਟਾਂ ਖਾਣੀਆਂ ਜੀ ਇੱਥੇ ਆ ਕੇ, ਹੈ ਨਾ, ਸਾਡੀ ਕੋਸ਼ਿਸ਼ ਇਹੀ ਹੈ ਵੀ ਜਿੱਥੇ ਇਹ ਪਿੰਡ ਰਹਿੰਦਾ, ਜਿਹੜੇ ਇਹ ਇਸ ਪਿੰਡ ਨੇ ਬਹੁਤ ਵਧੀਆ ਆਫੀਸਰ ਦਿੱਤੇ ਨੇ, ਮੈਨੂੰ ਇਕੱਲਾ ਸਿੱਧੂ ਮੂਸੇ ਵਾਲਿਆਂ ਨੇ ਦਿੱਤਾ ਵੀ ਚਲੋ ਇਸ ਵਕਤ ਆਪਣੀਆਂ
ਜਿਹੜੇ ਲਿੰਕ ਨੇ ਤੁਸੀਂ ਉਹ ਵਰਤ ਕੇ ਵੀ ਪਿੰਡ ਦੀ ਡਿਵੈਲਪਮੈਂਟ ਦੇ ਲਈ ਸਿਰਫ ਇਹ ਨਹੀਂਗਾ ਕਿ ਸਿਆਸੀ ਤੌਰ ਤੇ ਫੰਡ ਆਵੇ ਸਰਕਾਰ ਹੀ ਫੰਡ ਦੇਵੇ ਸਰਕਾਰ ਤੋਂ ਬਿਨਾਂ ਵੀ ਕੋਸ਼ਿਸ਼ ਕਰੋਗੇ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਵੀ ਹੈਗਾ ਸਾਰਾ ਕੁਝ ਮੇਰੇ ਧਿਆਨ 'ਚ ਹੀ ਹੈ ਜੀ ਉਹ ਅਜੇ ਉਹ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਜਿੰਨੀ ਕੁ ਆਪਦੇ ਜੋਗੀ ਜਿੰਨੀ ਕੁ ਮੇਰੀ ਔਕਾਤ ਹੈਗੀ ਮੈਂ ਕਰੀ ਜਾਂਦਾ ਜੀ ਆਪਦੇ ਲੈਵਲ 'ਤੇ ਵੀ ਕਰੀ ਜਾਂਦਾ ਉਹ ਤਾਂ ਮੈਂ ਕਰਨਾ ਹੀ ਕਰਨਾ ਚਲੋ ਮੈਨੂੰ ਇਹ ਵੀ ਚੱਲ ਜੇ ਗਵਰਨਮੈਂਟ ਥੋੜ੍ਹਾ ਸਾਥ ਦੇਊਗੀ ਹੈ ਨਾ ਹੁਣ ਥੋੜ੍ਹਾ ਜਿਹਾ ਨਾਮ ਵੀ ਹੈਗਾ ਪਿੰਡ ਦਾ ਸਾਰਾ ਕੁਛ ਹੈ ਨਾ ਵੀ ਇਹਦਾ ਥੋੜ੍ਹਾ ਜਿਹਾ ਸੁਧਾਰ ਹੋ ਜੂਗਾ ਇਹ ਤਾਂ ਸੁਧਰ ਹੀ ਹੈ ਇੱਥੋਂ ਲਈ ਏਜੰਡਾ ਜਾਂ ਤੁਹਾਨੂੰ ਲੱਗਦਾ ਐਜੂਕੇਸ਼ਨ ਅਤੇ ਹੈਲਥ ਹੀ ਸਭ ਤੋਂ ਜ਼ਿਆਦਾ ਫੋਕਸ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਵੀਰੇ ਮੇਰਾ ਜਿਹੜਾ ਮੇਨ ਇਰਾਦਾ ਦੇਖ ਹੁਣ ਮੈਂ 5 ਸਾਲ ਹੁਣ ਸਰਪੰਚ ਜੇ ਮੈਂ ਤੁਹਾਨੂੰ ਕਹੂੰਗਾ ਵੀ ਮੈਂ ਕਾਲਜ ਖੋਲ ਦੂੰਗਾ ਵੀ ਮੈਂ ਗੱਪ ਜੇ ਮਾਰਨ ਦੀ ਮੇਰੀ ਆਦਤ ਨਹੀਂ ਹੈਗੀ ਜੀ ਲੀਡਰ ਤਾਂ ਪਰ ਗੱਪ ਮਾਰਦੇ ਨੇ ਤੁਸੀਂ ਮਾਰ ਸਕਦੇ ਲੀਡਰ ਬਣਨ ਜਾ ਰਹੇ ਹੋ ਤੁਸੀਂ ਨਾ ਨਾ ਅਸੀਂ ਲੀਡਰ ਹੈ ਹੀ ਨਹੀਂ ਜੀ ਮੈਂ ਤਾਂ ਤੁਹਾਨੂੰ ਪਹਿਲੀ ਕਹਤਾ ਵੀ ਪਾਪਾ ਤਾਂ ਲੀਡਰ ਹੈ ਨਹੀਂ ਜੀ ਮੈਂ ਇੱਕੋ ਹੀ ਗੱਲ ਕਹਿਣਾ ਵੀ ਜਿੰਨਾ ਕੁ ਪਹਿਲਾਂ ਨਾ ਪਿੰਡ ਲੈਵਲ ਤੇ ਸੁਧਾਰ ਜਿਹੜੀਆਂ ਚੀਜ਼ਾਂ ਸਾਡੇ ਕੋਲੇ ਕੱਚੇ ਪਏ ਨੇ ਸਾਡੇ ਪਿੰਡ 'ਚ ਹੈ ਨਾ ਜੀ ਸਾਡੇ ਪਿੰਡ 'ਚ ਨਾਲੀਆਂ ਨੇ ਸਾਡੇ ਪਿੰਡ ਪਾਣੀ ਨਹੀਂ ਠੀਕ ਅਸੀਂ ਪਹਿਲਾਂ ਆਪਦਾ ਆਹ ਚੀਜ਼ਾਂ ਸੁਧਾਰਨੀਆਂ ਜੀ ਕੋਈ ਨਹੀਂ ਐਜੂਕੇਸ਼ਨ ਸਿਸਟਮ ਸਕੂਲ ਹੈਗਾ ਪਿੰਡ ਦੇ ਵਿੱਚ ਜੇ ਕੁਛ ਹੋਰ ਹੋਇਆ ਬਾਬੇ ਦੀ ਕਿਰਪਾ ਨਾਲ ਬਹੁਤ ਕੁਛ ਆਊਗਾ ਜੀ ਅੱਗੇ ਸਹੀ ਕਰਾਂਗੇ ਸਾਰਾ ਕੁਝ ਅੱਛਾ ਤੁਹਾਡੇ ਮਾਤਾ ਪੂਰਾ ਪਿੰਡ ਤੁਸੀਂ ਕਵਰ ਕਰ ਲਿਆ ਸਾਰੇ ਪਿੰਡ ਚੋਣ ਪ੍ਰਚਾਰ ਹੋ ਗਿਆ ਜਾਂ ਅਜੇ ਪੂਰਾ ਪਿੰਡ ਰਹਿੰਦਾ ਹੈਗਾ ਪ੍ਰਚਾਰ ਕਰਨ ਵੈਸੇ ਜਿਹੜਾ ਓਵਰਆਲ ਇੱਕ ਕਵਰ ਕਰਨਾ ਹੁੰਦਾ ਸਾਡੇ ਪਿੰਡ ਵਾਲੇ ਆਪ ਹੀ ਚੋਣ ਪ੍ਰਚਾਰ ਕਰ ਰਹੇ ਨੇ ਸਾਰੇ ਸਾਡੇ ਵੀਰ ਭਰਾ ਵਾਧੂ ਨੇ ਜੀ ਜਿਹੜੇ ਤੁਹਾਡੇ ਸਮਰਥਕ ਨੇ ਜਿਹੜੇ ਤੁਹਾਡੇ ਫੋਲੋਅਰ ਨੇ ਜਿਹੜੇ ਤੁਹਾਡੇ ਫੈਨ ਨੇ ਉਹ ਆ ਰਹੇ ਨੇ ਪਿੰਡ ਵੀਰੇ ਇਹ ਕੋਈ ਜੰਗ ਤੋੜੋ ਇਹ ਤਾਂ ਪਿੰਡ ਵਾਲਿਆਂ ਨੇ ਪਿਆਰ ਵੈਸੇ ਮੈਂ ਸੁਣਿਆ ਪਿੰਡਾਂ ਕਿ ਇਹਨਾਂ ਦੇ ਫੈਨ ਆ ਰਹੇ ਨੇ ਇਹਨਾਂ ਦੇ ਹੀ ਪਿਆਰ ਨਾਲ ਇਹਨੂੰ ਮੈਂ ਕਿਹਾ ਸਿੱਧੂ ਕੀ ਗੱਲ ਮੈਨੂੰ ਪਤਾ ਲੱਗਾ ਵੋਟਾਂ 'ਚ ਇਹ ਕਹਿੰਦਾ ਬਾਈ ਪਿੰਡ ਵਾਲੇ ਪਿਆਰ ਬਹੁਤ ਕਰਦੇ ਨੇ ਉਹ ਕਹਿੰਦੇ ਤੁਸੀਂ ਜੇ ਮੂਹਰੇ ਲੱਗੋ ਤਾਂ ਕੁਛ ਸਵਰ ਸਕਦਾ ਹੈ ਨਾ ਉਹਦੇ ਕਰਕੇ ਅਤੇ ਮੈਂ ਤਾਂ ਵੈਸੇ ਹੀ ਇਹਦੇ ਕੋਲ ਆਉਣਾ ਸੀ ਅਸੀਂ ਹੋਰ ਵੀ ਇੱਥੇ ਆਮ ਮੈਂ ਇਹਨਾਂ ਦੇ ਡੈਡੀ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਪਿੰਡਾਂ ਤੋਂ ਲੋਕ ਆਉਂਦੇ ਨੇ ਜਿਹੜੇ ਵੈਸੇ ਇਹਨਾਂ ਦੇ ਘਰ ਮੂਹਰੇ ਤਾਂ ਵੈਸੇ ਹੀ ਤੰਤਾ ਲੱਗੇ ਰਹਿੰਦਾ ਮੈਂ ਤਾਂ ਕਹਿਣਾ ਸਾਡਾ ਦਰਵਾਜ਼ਾ ਖੁੱਲ੍ਹਾ ਹੀ ਰਹਿੰਦਾ ਜੀ ਇੱਥੇ ਕੋਈ ਉਹ ਨਹੀਂ ਹੈਗੀ ਫਾਰਮੈਲਿਟੀ ਇੱਥੇ ਜਿਹੜਾ ਆਉਂਦਾ ਹੈਗਾ ਬਸ ਹੱਸ ਕੇ ਜਾਂਦਾ ਜੀ ਜੀ ਆਈ ਜੀ ਸਾਰਿਆਂ ਨੂੰ ਇੱਥੇ ਕੋਈ ਕੋਈ ਬੋਡੀ ਗਾਰਡ ਨਹੀਂ ਖੜੇ ਉਹਦੇ ਵੀ ਪਰੇ ਹੋ ਸਾਡਾ ਤਾਂ ਜੀ ਪਿੰਡ ਵਾਲਾ ਹਿਸਾਬ ਕਿਤਾਬ ਹੈ ਜੀ ਸਹੀ ਬਾਹਰ ਲਿਆ ਜਾਂਦੇ ਆ ਵਧੀਆ ਮਿਲਦੇ ਆ ਹੱਸ ਖੇਡ ਕੇ ਰਾਜ ਬਰਾੜ ਦਾ ਗਾਣਾ ਸੀ ਲੈ ਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਸਿੱਧੂ ਯਕੀਨ ਦਵਾ ਸਕਦਾ ਕੀ ਪਿੰਡ ਨੂੰ ਪੂਰੇ ਨੂੰ ਵੀ ਭਾਈ ਸਾਰਾ ਪੈਸਾ ਇੱਕ ਇੱਕ ਪੈਸਾ ਪਿੰਡ ਤੇ ਲੱਗੂਗਾ ਔਰ ਸੱਚੀਓ ਵਿਕਾਸ ਹੋਊਗਾ ਆਮ ਕਹਿੰਦਾ ਕਹਿੰਦਾ ਗਾਇਕੀ ਚ ਗਾਣਾ ਰਾਜ ਬਰਾੜ ਦਾ ਗਾਣਾ ਹੁੰਦਾ ਸੀਗਾ ਇਹ ਤਾਂ ਪਿਆਰ ਆ ਪਿੰਡ ਵਾਲਿਆਂ ਨਾਲ ਇਹ ਤਾਂ ਵੱਖਰੀ ਗੱਲ ਆ ਪਰ ਇਹ ਤਾਂ ਮੈਂ ਸੌਂ ਖਾ ਲੈਣਾ ਵੀ ਖਾਂਦਾ ਨਹੀਂ ਲਾ ਪੱਲਿਓ ਮੈਂ ਤਾਂ ਵੈਸੇ ਤੁਹਾਡੇ ਤੋਂ ਦੇਖ ਲਓ ਜੀ ਇਕੱਲਾ ਪੈਸਾ ਤੁਹਾਨੂੰ ਲੱਗਦਾ ਪਿੰਡ ਚ ਲੱਗੂ ਜਿਹੜਾ ਵੀ ਆਊਗਾ ਉਹਦੇ ਤੋਂ ਬਿਨਾਂ ਵੀ ਲਾਉਂਗੇ ਆਪਦੇ ਗੁਜ਼ਾਰੇ ਲਈ ਆਪਦੇ ਗੁਜ਼ਾਰੇ ਲਈ ਜੀ ਪਰਮਾਤਮਾ ਨੇ ਬਹੁਤ ਕੁਝ ਦੇ ਦਿੱਤਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਸਾਰੇ ਦੁਆਵਾਂ ਨਾਲ ਹੁਣ ਤਾਂ ਜੀ ਜੇ 2 ਮਿੰਟ ਕਿਸੇ ਦਾ ਪੁੰਨ ਖੱਟਿਆ ਜਾਵੇ ਉਹੀ ਬਾਅਦ ਸੋਚਿਆ ਸੀ ਵੈਸੇ ਇਸ ਪਿੰਡ ਦੇ ਅੰਦਰ ਰਹਿੰਦਿਆਂ ਕਦੇ ਸੋਚਿਆ ਸੀ ਇਸੇ ਪਿੰਡ ਦੀਆਂ ਗਲੀਆਂ ਸੜਕਾਂ 'ਤੇ ਫਿਰਦੇ ਹੋਵੋਗੇ ਕਦੇ ਸੋਚਿਆ ਸੀ ਐਡਾ ਵੱਡੀ ਥਾਂ ਬਣਜੂ ਪੰਜਾਬ ਦੇ ਗਾਇਕੀ ਦੇ ਅੰਦਰ ਐਡੀ ਵੱਡੀ ਥਾਂ ਹੋ ਤੁਹਾਡੀ ਗਾਇਕੀ ਵਾਲਾ ਨਹੀਂ ਸੀ ਕਦੇ ਸੋਚਿਆ ਸੀਗਾ ਜੀ ਪਿੰਡ 'ਚ ਤਾਂ ਜੀ ਸਾਡੀ ਥਾਂ ਹੈਗੀ ਹੋਈ ਸੀਗੀ ਪਹਿਲਾਂ ਹੀ ਇਹ ਤਾਂ ਸਾਡਾ ਕਾਪੀ ਰਾਈਟ ਹੈ ਜੀ ਕਿਤੇ ਮਰਜ਼ੀ ਘਰੇ ਜਾ ਕੇ ਰੋਟੀ ਖਾ ਲਿਓ ਕੁਛ ਮਰਜ਼ੀ ਕਹਿ ਰਹੀ ਹੈ ਜੀ ਇੱਥੇ ਤਾਂ ਸਾਰਿਆਂ ਦੇ ਦਿਲਾਂ 'ਤੇ ਵੀ ਰਾਜ ਆ ਜੀ ਪਿੰਡ 'ਚ ਵੀ ਰਾਜ ਆ ਜੀ ਇਹ ਤਾਂ ਚਲੋ ਚੋਣਾਂ ਜੋ ਹੁੰਦੀਆਂ ਆਉਂਦੀਆਂ ਸਾਡੇ ਇੱਕੋ ਹੀ ਗੱਲ ਆ ਜੀ ਸਾਨੂੰ ਮੈਂ ਦੱਸਦਾ ਸਾਡੇ ਪਿੰਡ ਜੋ ਮਰਜ਼ੀ ਹੋਈ ਜਾਵੇ ਸਾਡੇ ਪਿੰਡ ਨਫ਼ਰਤ ਦੀ ਰਾਜਨੀਤੀ ਨਹੀਂ ਹੋਈ ਅਤੇ ਨਾ ਹੀ ਕਦੇ ਹੋਵੇ ਜੀ ਅਤੇ ਨਾ ਹੀ ਅਸੀਂ ਤਾਂ ਆਪਦੇ ਪਿੰਡ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਾਂ ਸਾਡਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਲਾਇਸੈਂਸ ਪਿੰਡ 'ਚ ਸਾਰਿਆਂ ਕੋਲ ਹੋਣਾ ਚਾਹੀਦਾ ਹੈਗਾ ਹਥਿਆਰ ਦਾ ਲਾਇਸੈਂਸ ਕਿਉਂਕਿ ਤੁਹਾਡੇ ਗਾਣੇ 'ਚ ਹਥਿਆਰ ਬੜੇ ਨੇ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਜੀ ਦੇਖੋ ਹਰੇਕ ਬੰਦੇ ਦੀ ਜ਼ਿੰਦਗੀ ਦੇ 2 ਫੇਜ਼ ਹੁੰਦੇ ਨੇ ਹੈ ਨਾ ਇੱਕ ਫੇਜ਼ ਤੁਸੀਂ ਮੇਰਾ ਗਾਣਿਆਂ ਚੈੱਕ ਕੀਤਾ ਇੱਕ ਫੇਜ਼ ਤੁਸੀਂ ਮੇਰਾ ਰਾਹ ਚੈੱਕ ਕੀਤਾ ਹੈ ਨਾ ਕਦੇ ਵੀ ਆਪਾਂ ਇੱਕ ਸਾਈਡ ਦੇਖ ਕੇ ਆਪਾਂ ਤੋਮਤ ਨਹੀਂ ਲਾ ਸਕਦੇ ਬਾਕੀ ਗਾਣੇ ਮੇਰੇ ਜਸ ਲਿਸਨ ਵੀ ਆਇਆ ਗਾਣਾ ਮੇਰਾ ਸੈਲਫ ਮੇਡ ਵੀ ਆਇਆ ਗਾਣੇ ਮੇਰੇ ਹੋਰ ਵੀ ਬਹੁਤ ਵਧੀਆ ਆਇਆ ਚਲੋ ਹਥਿਆਰਾਂ 'ਤੇ ਮੇਰਾ ਤਵਾ ਲੱਗਦਾ ਮੈਂ ਹੀ ਨਹੀਂ ਕਹਿੰਦਾ ਵੀ ਨਾ ਲਓ ਹਥਿਆਰਾਂ 'ਤੇ ਤੁਹਾਨੂੰ ਲੱਗਦਾ ਵੀ ਗਾਣੇ ਮੈਂ ਉਹੀ ਪੁੱਛ ਰਿਹਾ ਹਥਿਆਰ 'ਤੇ ਬੜੀ ਵੱਡੀ ਡਿਬੇਟ ਆ ਦੁਨੀਆ 'ਚ ਹਥਿਆਰਾਂ ਨੂੰ ਲੈ ਕੇ ਵੀ ਇੱਕ ਬੰਦੇ ਕਹਿੰਦੇ ਨੇ ਕਿ ਹਥਿਆਰ ਲੈਸ ਹੋ ਜਾਣੀ ਚਾਹੀਦੀ ਆ ਇੱਕ ਬੰਦੇ ਕਹਿੰਦੇ ਹਥਿਆਰ ਹੀ ਸਾਰਾ ਕੁਛ ਹੈ ਇੱਕੋ ਹੀ ਗੱਲ ਕਹਿਣਾ ਫਰਕ ਆਪਣੀ ਸੋਚਣੀ 'ਚ ਫਰਕ ਲਿਟਰੇਚਰ 'ਚ ਨਹੀਂ ਹੈਗਾ ਠੀਕ ਹੈ ਨਾ ਜੀ ਇਹ ਕਦੋਂ ਦਾ ਸਿਸਟਮ ਚੱਲਦਾ ਆ ਰਿਹਾ ਕਦੋਂ ਦਾ 1985 ਦਾ ਹਿਪ ਹੋਪ ਆਈ ਜਾਂਦਾ ਹੈ ਨਾ ਜੀ ਉਹਨਾਂ 'ਚ ਕੀ ਕੁਛ ਹੁੰਦਾ ਨਾ ਬਾਕੀ ਜੀ ਹਰੇਕ ਦਾ ਆਪੋ ਆਪਣੀ ਸੋਚਣੀ ਹੈਗੀ ਚਲੋ ਜੇ ਤੁਹਾਨੂੰ ਲੱਗਦਾ ਵੀ ਆਪਾਂ ਜਿਹੜੇ ਗਾਣੇ ਤੁਸੀਂ ਲਿਖਦੇ ਹੋ ਕਿਸੇ ਦੀ ਐਨਰਜੀ ਹੁੰਦੀ ਆ ਕੋਈ ਕਿਸੇ ਧਰਮ ਗ੍ਰੰਥ 'ਚੋਂ ਐਨਰਜੀ ਲੈਂਦਾ ਕੋਈ ਕਿਸੇ ਵਿਚਾਰਧਾਰਾ 'ਚੋਂ ਡਿਓਲੋਜੀ 'ਚੋਂ ਐਨਰਜੀ ਲੈਂਦਾ ਕੋਈ ਫਿਲਾਸਫੀ 'ਚੋਂ ਲੈਂਦਾ ਤੁਹਾਡੀ ਐਨਰਜੀ ਦਾ ਸੋਰਸ ਕੀ ਹੈਗਾ ਮੇਰੀ ਐਨਰਜੀ ਦਾ ਸੋਰਸ ਮੇਰਾ ਇਨਵਾਇਰਮੈਂਟ ਹੈ ਜੀ ਜਿਹੜਾ ਆਸੇ ਪਾਸੇ ਮੈਂ ਦੇਖਦਾ ਜੀ ਬਸ ਉਹੀ ਚੀਜ਼ਾਂ ਕਿਸ ਤਰ੍ਹਾਂ ਦਾ ਮਤਲਬ ਜੇ ਤੁਸੀਂ ਉਹਨੂੰ ਥੋੜ੍ਹਾ ਜਿਹਾ ਡਿਫਾਈਨ ਕਰੋ ਡਿਫਾਈਨ ਜੀ ਜੋ ਮੇਰੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਵਾਪਰਦੀਆਂ ਮੈਂ ਉਹੀ ਚੀਜ਼ਾਂ ਦੇਖਦਾ ਜੀ ਕੁੱਲ ਮਿਲਾ ਕੇ ਸਰ 90% ਕੋਸ਼ਿਸ਼ ਇਹੀ ਹੁੰਦੀ ਹੈ ਸਿੱਧੂ ਮੂਸੇਵਾਲਾ
ਵਿਆਹ ਕਦੋਂ ਕਰਾ ਰਿਹਾ ਹੈਗਾ? ਜੇ ਮੈਂ ਸਵਾਲ ਪੁੱਛਾਂ, ਇਸ਼ਕ ਹੋਇਆ ਕਦੇ ਜ਼ਿੰਦਗੀ ਸਿੱਧੂ ਮੂਸੇਵਾਲੇ ਨੂੰ? ਤੁਸੀਂ ਗਾਣੇ ਲਿਖਦੇ ਹੋ ਬਹੁਤ ਸਾਰੇ। ਬਾਈ ਅਸੀਂ ਇਸ਼ਕ ਸ਼ਿਕਾਲੇ ਨਹੀਂ ਹੈਗੇ ਜੀ, ਇਹ ਸਿੱਧੇ ਸਾਧੇ ਬੰਦੇ ਆ। ਬਾਕੀ ਸਾਡਾ ਪਿੰਡ ਦਾ ਕੰਮ ਹੈ ਜੀ, ਬਸ ਆਹੀ ਸਾਡਾ ਤਾਂ ਇਸ਼ਕ ਹੀ ਹੈ ਸਾਡਾ, ਬਸ ਇਹ ਸਾਰਾ ਕੁਝ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬੱਚਾ ਸਾਡਾ ਆਪਦਾ ਬੱਚਾ ਹੈ ਸਿੱਧੂ ਮੂਸੇਵਾਲਾ। ਸਭ ਤੋਂ ਵੱਡਾ ਤਾਂ ਅਸੀਂ ਇਹ ਹੈ ਵੀ ਸਾਨੂੰ ਇੱਕ ਮਾਣ ਹੋ ਗਿਆ ਵੀ ਸਾਡੇ ਪਿੰਡ ਦਾ ਇੱਕ ਜਵਾਨ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਤਾ। ਦੂਜੀ ਗੱਲ ਹੈ ਜਿਹੜੀ ਵੀਰ ਜੀ, ਇਹ ਕੋਈ ਸਿਆਸਤ ਵਾਲਾ ਘਰ ਨਹੀਂ, ਸਿਆਸਤ ਵਾਲਾ ਪਰਿਵਾਰ ਨਹੀਂ, ਠੀਕ ਹੈ। ਅਸੀਂ ਜਦੋਂ ਮਤਲਬ ਚੋਣਾਂ ਦੀ ਹੋਈ ਗੱਲ ਵੀ ਸਾਰਾ ਪਿੰਡ ਇੱਕਦਮ ਇਹ ਕਹਿਣ ਲੱਗਿਆ ਵੀ ਜੇ ਭੋਲਾ ਸਿੰਘ ਦਾ ਪਰਿਵਾਰ, ਇਹਦਾ ਪਿਤਾ ਜੀ, ਵੀ ਉਹ ਮੂਹਰੇ ਆ ਜੇ ਤਾਂ ਵੀ ਸਾਡੇ ਪਿੰਡ ਦੀ ਡਿਵੈਲਪਮੈਂਟ, ਸਾਡੇ ਪਿੰਡ ਦਾ ਮਤਲਬ 20-30 ਸਾਲ ਦਾ ਪੁਰਾਣਾ ਪਾਣੀ ਖੜਾ, ਬੁਰਾ ਹਾਲ ਤੁਸੀਂ ਦੇਖ ਲਓ ਪਿੰਡ 'ਚ ਜਾ ਕੇ, ਵੀ ਮਤਲਬ ਇੱਕ ਸੇਵਾਕਦਾਰ ਬਣ ਕੇ ਸਾਡੇ ਪਿੰਡ ਦੀ ਸੇਵਾ ਕਰ ਰਿਹਾ, ਅਤੇ ਅਸੀਂ ਇਸੇ ਵਕਤ ਕਰਕੇ ਇਹਨੂੰ ਸਾਰਾ ਪਿੰਡ ਸਾਡੇ ਨਾਲ ਇਹਦੇ। ਜਿਹੜਾ ਵੀ ਕੋਈ ਬੰਦਾ ਕਹਿੰਦਾ ਕੋਈ ਵੀ ਟੁੱਟਦਾ ਤਾਂ ਨਹੀਂ, ਸਿੱਧੂ ਦੇਖੋ ਕਿੰਨਿਆਂ ਤੁਹਾਡੇ 'ਤੇ ਯਕੀਨ ਕਰ ਰਹੇ ਲੋਕ, ਇਹ ਯਕੀਨ ਟੁੱਟਣ ਤਾਂ ਦਿੰਦੇ ਲੋਕ। ਸਿਆਸਤਦਾਨ ਜਦੋਂ ਸਿਆਸਤ 'ਚ ਬੰਦਾ ਆ ਜਾਂਦਾ ਪਹਿਲਾਂ ਹੋਰ ਹੁੰਦੇ ਨੇ, ਕੁਰਸੀ ਜਦੋਂ ਆਉਂਦੀ ਹੈ ਕਹਿੰਦੇ ਰੰਗ ਬਦਲ ਜਾਂਦਾ ਬੰਦੇ ਦਾ, ਇਹ ਕਿਹਾ ਜਾਂਦਾ? ਸਾਡਾ ਰੰਗ ਉਹੀ ਰਹਿੰਦਾ, ਪੱਕਾ ਹੀ ਰੰਗ ਹੈ ਜੀ, ਪੱਕਾ ਹੀ ਰਹੂਗਾ ਸਾਡਾ ਜੀ, ਹੈ ਨਾ? ਠੀਕ ਹੈ, ਧੰਨਵਾਦ। ਠੀਕ ਹੈ, ਬਾਕੀ ਜਿੰਨਾ ਵੀ ਯਕੀਨ ਯਕੂਨ ਵਾਲੇ ਇਹਨਾਂ ਨੂੰ ਪਤਾ ਹੀ ਹੈ, ਜਾਂ ਯਕੀਨ ਕਰਦੇ ਤਾਂ ਹੀ ਤੁਰੇ ਫਿਰਦੇ ਜੀ। ਠੀਕ ਹੈ ਜੀ, ਬਾਕੀ ਸ਼ੁਕਰੀਆ ਜੀ ਬਹੁਤ। ਮੈਂ ਲਾਸਟ ਇੱਕ ਸਵਾਲ, ਤੁਸੀਂ ਖੁਦ ਹਥਿਆਰ ਰੱਖ ਦਿਓਗੇ? ਖੁਦ ਤੁਹਾਡੇ ਕੋਲ ਪਰਸਨਲ ਹਥਿਆਰ ਹੈ, ਲਾਇਸੈਂਸ ਜੀ ਹੈਗੇ ਨੇ ਜੀ? ਹੈਗੇ ਜੀ ਸਾਰੇ। ਤੁਹਾਨੂੰ ਕਦੋਂ ਤੇ ਨੇ? ਬਸ ਹੈਗੇ ਜੀ ਲਾਇਸੈਂਸ, ਸਾਨੂੰ ਅੜਦਾ ਪੱਕੇ ਹੀ ਬਣੇ ਹੋਏ ਜੀ, ਨਾਮ ਤੇ ਪਿੰਡ ਮੂਸਾ ਸਾਡਾ ਜੀ, ਲਾਇਸੈਂਸ ਵੀ ਨਹੀਂ ਸਰਦਾ ਸਾਨੂੰ। ਚਲੋ ਠੀਕ ਹੈ ਜੀ, ਧੰਨਵਾਦ 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 ਤੁਹਾਡਾ, ਬਹੁਤ ਬਹੁਤ ਧੰਨਵਾਦ ਗਿੱਲ।